जहां डॉक्टर को भगवान का दर्जा दिया गया है जो कि इंसान को मौत के मुंह से निकाल कर बाहर ले आते हैं, वहीं कई बार इंसान को नई जिंदगी देने वाला डॉक्टर अपनी गलतियों के कारण इंसान के लिए जमराज भी बन जाता है। ऐसा ही दिल दहलाने वाली लापरवाही वाली घटना सब डिवीजन बलाचौर में उस समय सामने आई जब गर्भवती महिला को उसके परिवारक मेंबरों की तरफ से सिविल अस्पताल बलाचौर में डिलीवरी के समय दाखिल करवाया गया। 11 मार्च 2019 को हुए इस डिलीवरी में महिला ने एक लड़के को जन्म दिया तो परिवार खुशियां मना रहा था। उनको क्या पता था कि जिन डॉक्टरों की टीम की तरफ से उनका ऑपरेशन करके डिलीवरी के समय उसको नई जिंदगी दी है, आगे जाकर वही डॉक्टरों की टीम की लापरवाही की वजह के कारण उसकी जान जोखिम में पड़ जाएगी। ਭੈਣ ਜੀ ਕੀ ਦਿੱਕਤ ਆਈ ਸੀ ਤੁਸੀਂ ਸਰਕਾਰੀ ਹਸਪਤਾਲ ਗਏ ਹੋ ਸਰਕਾਰੀ ਹਸਪੀਟਲ ਮੇਰਾ ਆਪਰੇਸ਼ਨ ਹੋਇਆ ਤਾਂ ਭਾਜੀ ਹਾਂਜੀ ਉਸ ਤੋਂ ਬਾਅਦ ਆਪਰੇਸ਼ਨ ਮੇਰਾ ਹੋ ਕੇ ਉਸ ਤੋਂ ਬਾਅਦ 25 ਦਿਨਾਂ ਬਾਅਦ ਮੇਰੀ ਲੱਤ ਖੜ ਗਈ ਸੀ ਲੱਤ ਸੂਰੀ ਹਸਪੀਟਲ ਰਹੇ 8 ਦਿਨ ਉਸ ਤੋਂ ਬਾਅਦ ਸਾਨੂੰ ਪੀ ਜੀ ਆਈ ਕਿਸੇ ਨੇ ਦੱਸਤਾ ਪੀ ਜੀ ਆਈ ਜਾਓ ਪੀ ਜੀ ਆਈ ਜਾ ਕੇ ਉੱਥੇ ਮੇਰਾ ਇਲਾਜ ਚੱਲਿਆ ਉਸ ਤੋਂ ਬਾਅਦ ਬਹੁਤ ਟੈਸਟ ਹੋਏ ਕਿੰਨਾ ਸਮਾਂ ਤੁਸੀਂ ਪੀ ਜੀ ਆਈ ਜਾਂਦੇ ਰਹੇ ਜੀ 6-7 ਮਹੀਨੇ ਜਾਂਦੇ ਰਹੇ ਤੇ ਹੁਣ ਤੱਕ ਮਤਲਬ ਤੁਹਾਡੀ ਸਿਹਤ ਨੂੰ ਕੋਈ ਫਰਕ ਹੈ ਜੀ ਹੁਣ ਠੀਕ ਹੈ ਕਿ ਨਾ ਹਾਂਜੀ ਹੁਣ ਪਹਿਲਾਂ ਕੋਈ ਫਰਕ ਨਹੀਂ ਪਏਗਾ ਉਸ ਤੋਂ ਬਾਅਦ ਹੁਣ ਫਰਵਰੀ ਦੀ 11 ਤਰੀਕ ਨੂੰ ਆਪਰੇਸ਼ਨ ਹੋਇਆ ਅੱਛਾ ਜੀ ਉਸ ਤੋਂ ਬਾਅਦ ਫਰਕ ਹੈ ਕੀ ਕਾਰਨ ਕੀ ਨਿਕਲਿਆ ਜੀ ਪੱਟੀਆਂ ਨਿਕਲੀਆਂ ਸੀ ਅੱਛਾ ਜੀ ਹਾਂਜੀ ਤੇ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਹੈ ਜੀ ਤੁਹਾਡੀ ਅੱਛਾ ਕੀ ਚਾਹੁੰਦੇ ਹੋ ਇਨਸਾਫ ਕੀ ਚਾਹੁੰਦੇ ਹੋ ਤੁਸੀਂ ਵੀ ਤੁਹਾਨੂੰ ਇਨਸਾਫ ਦਿੱਤਾ ਜਾਵੇ ਹਾਂਜੀ ਮੈਂ ਤੁਹਾਡਾ ਵਿਨੋਦ ਹੈ ਜੀ ਕਿਹੜਾ ਪਿੰਡ ਹੈ ਤੁਹਾਡਾ ਮਜੋਟ ਹੈ ਜੀ ਕੀ ਮਸਲਾ ਹੈ ਜੀ ਤੁਹਾਡਾ ਕੀ ਦਿੱਕਤ ਆਈ ਤੁਹਾਨੂੰ ਭਾਈ ਸਾਡਾ ਡਿਲੀਵਰੀ ਕੇਸ ਸੀ ਇੱਥੇ ਸਿਵਲ ਹਸਪੀਟਲ ਬਲਾਚੌਰ ਹਾਂਜੀ ਆਪਰੇਸ਼ਨ ਹੋਇਆ ਸੀ ਹਾਂਜੀ ਤੋਂ ਆਪਰੇਸ਼ਨ ਦੇ ਮਗਰੋਂ 25 ਦਿਨ ਤੋਂ ਬਾਅਦ ਲੱਤ ਖੜ ਗਈ ਸੀ ਆਪਰੇਸ਼ਨ ਬੜਾ ਆਪਰੇਸ਼ਨ ਹੋਇਆ ਸੀ ਵੱਡਾ ਆਪਰੇਸ਼ਨ ਹੋਇਆ ਸੀ ਅੱਛਾ ਜੀ ਲੱਤ ਖੜ ਗਈ ਤੇ ਉਹਦੇ ਬਾਅਦ ਅਸੀਂ ਇੱਥੇ ਬਲਾਚੌਰ ਹਸਪੀਟਲ ਸੂਰੀ ਇਹਨਾਂ ਕੋਲ ਆਏ 8 ਦਿਨ ਅਸੀਂ ਦਾਖਲ ਰਹੇ ਥੋੜ੍ਹਾ ਫਰਕ ਪਿਆ ਲੱਤ ਨੂੰ ਫਿਰ ਸਾਨੂੰ ਦੱਸਿਆ ਵੀ ਪੀ ਜੀ ਆਈ ਜਾਓ ਅਸੀਂ ਪੀ ਜੀ ਆਈ ਗਏ ਜਦੋਂ ਪੀ ਜੀ ਆਈ ਨੇ ਲੱਤ ਦੀ ਦਵਾਈ ਚਾਲੂ ਕੀਤੀ ਲੱਤ ਥੋੜ੍ਹੀ ਸਹੀ ਹੋਈ ਉਹਦੇ ਮਗਰੋਂ ਪੇਟ 'ਚ ਪ੍ਰੋਬਲਮ ਆ ਗਈ ਅੱਛਾ ਜੀ ਹਾਂਜੀ ਪੇਟ 'ਚ ਪ੍ਰੋਬਲਮ ਆਈ ਫਿਰ ਉਹਨਾਂ ਨੇ ਸਮਝ ਨਹੀਂ ਸੀ ਆ ਰਹੀ ਉਹਨਾਂ ਨੇ ਸਾਨੂੰ 7-8 ਮਹੀਨੇ ਇੱਦਾਂ ਘੁਮਾਉਂਦੇ ਰਹੇ ਅਸੀਂ ਜਾਂਦੇ ਰਹੇ ਉੱਥੇ ਪੀ ਜੀ ਆਈ ਅਤੇ ਉਹਨਾਂ ਨੇ ਫਿਰ ਹੁਣ ਆਖ ਨੂੰ ਉਹਨਾਂ ਨੇ ਫਿਰ ਆਪਰੇਸ਼ਨ ਕੀਤਾ ਵੀ ਤੁਸੀਂ ਕੀ ਕੰਮ ਕਰਦੇ ਹੋ ਮੈਂ ਭਾਜੀ ਮਹਾਰਾਸ਼ਟਰ ਮਜ਼ਦੂਰੀ ਕਰਦਾ ਜੀ ਅਤੇ ਕਿੰਨਾ ਹੁਣ ਤੱਕ ਖਰਚਾ ਆ ਗਿਆ ਤੁਹਾਡਾ ਇਸ ਇਲਾਜ ਕਰਾਉਣ 'ਤੇ ਭਾਈ 3-4 ਲੱਖ ਰੁਪਈਆ ਆ ਗਿਆ ਅੱਛਾ ਜੀ ਅਤੇ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਹੈ ਤੁਹਾਡੀ ਕੀ ਚਾਹੁੰਦੇ ਹੋ ਤੁਸੀਂ ਇਨਸਾਫ ਭਾਲਦੇ ਪਏ ਜੀ ਅਤੇ ਭੈਣ ਜੀ ਨੂੰ ਕਰਾਉਣੇ ਕਰਦੇ ਇਸ ਦੌਰਾਨ ਗਾਂਵ ਦੇ ਸਰਪੰਚ ਹੀਰਾ ਖੇਪੜ ਮਨਜੋਟ ਨੇ ਬਤਾਇਆ ਕਿ ਇਹ ਗਰੀਬ ਪਰਿਵਾਰ ਕਰੀਬ 1 ਸਾਲ ਸੇ ਡਾਕਟਰੋਂ ਕੀ ਬੜੀ ਲਾਪਰਵਾਹੀ ਕਾ ਖਮਿਆਜ਼ਾ ਭੁਗਤਾ ਰਹਾ ਹੈ ਐਸੀ ਗਲਤੀਆਂ ਕਰਕੇ ਲੋਗੋ ਕੀ ਜਾਨ ਜੋਖਿਮ ਮੇ ਡਾਲਨੇ ਵਾਲੇ ਕਸੂਰਵਾਰ ਡਾਕਟਰੋਂ ਕੇ ਖਿਲਾਫ ਸਖਤ ਸੇ ਸਖਤ ਕਾਰਵਾਈ ਹੋਣੀ ਚਾਹੀਏ ਜਿਹੜਾ ਤੁਸੀਂ ਅੱਜ ਇਹ ਪੱਤਰਕਾਰ ਭਾਈਚਾਰਾ ਇਕੱਠਾ ਕੀਤਾ ਹੈ ਤੇ ਮੀਡੀਆ ਅੱਗੇ ਤੁਸੀਂ ਗੱਲ ਰੱਖਣੀ ਹੈ ਕੀ ਕਾਰਨ ਹੈ ਜੀ ਇਹ ਕੀ ਮਸਲਾ ਹੈ ਜੀ ਪਹਿਲਾਂ ਤਾਂ ਮੈਂ ਸਾਰਾ ਹੀ ਜਿੰਨਾ ਵੀ ਭਾਈਚਾਰਾ ਪੱਤਰਕਾਰ ਭਾਈਚਾਰਾ ਉਹਨਾਂ ਦਾ ਧੰਨਵਾਦ ਕਰਦਾ ਸਾਡੇ ਸੱਦੇ ਤੇ ਤੁਸੀਂ ਇੱਥੇ ਆਏ ਆ ਇੱਦਾਂ ਜੀ ਇੱਕ ਮੇਰੇ ਪਿੰਡ ਦਾ ਮਝੋੜ ਦਾ ਗਰੀਬ ਪਰਿਵਾਰ ਹੈਗਾ 1 ਸਾਲ ਪਹਿਲਾਂ ਇਹਨਾਂ ਦਾ ਡਿਲੀਵਰੀ ਕੇਸ ਇੱਥੇ ਹੋਇਆ ਸੀਗਾ ਆਪਰੇਸ਼ਨ ਹੋਇਆ ਸੀਗਾ ਬਲਾਚੌਰ ਹਸਪੀਟਲ ਡਾਕਟਰ ਰੂਬੀ ਉਹਨਾਂ ਨੇ ਜਿਹੜਾ ਆਪਰੇਸ਼ਨ ਕੀਤਾ ਸੀਗਾ ਸਰਕਾਰੀ ਹਸਪੀਟਲ ਬਲਾਚੌਰ ਚਲੋ 20-25 ਦਿਨ ਵੀ ਨਹੀਂ ਪਏ ਹੈਗੇ ਇਹਨਾਂ ਦੀ ਲੱਤ ਦੇ ਦਰਦ ਸ਼ੁਰੂ ਹੋ ਗਿਆ ਚਲੋ ਇਹਨਾਂ ਨੇ ਇੱਥੇ ਇੱਕ ਲੋਕਲ ਹਸਪੀਟਲ ਹੈਗਾ ਬਲਾਚੌਰ ਉੱਥੇ ਦਿਖਾਉਣਾ ਸ਼ੁਰੂ ਕੀਤਾ ਉਹ ਸਵੈਲਿੰਗ ਆਈ ਕਾਫੀ ਉਹਨਾਂ ਨੇ ਕੋਈ ਕਲੌਟ ਦੱਸੇ ਵੀ ਕਲੌਟ ਹੈਗੇ ਜੀ ਬਣੇ ਵੇ ਚਲੋ ਕੁਛ ਥੋੜ੍ਹਾ ਬਹੁਤਾ ਫਰਕ ਪਿਆ ਜੇ ਲੱਤ ਨੂੰ ਮਾੜਾ ਮੋਟਾ ਫਰਕ ਪਿਆ ਇਹਨਾਂ ਦੇ ਆ ਪੇਟ 'ਚ ਦਰਦ ਹੋਣਾ ਸ਼ੁਰੂ ਹੋ ਗਿਆ 1-2 ਹਸਪੀਟਲ ਹੋਰ ਹੈ ਉੱਥੇ ਇਹਨਾਂ ਨੇ ਦਿਖਾਇਆ ਪਰ ਕਿਸੇ ਦੇ ਸਮਝ ਕੋਈ ਗੱਲ ਨਹੀਂ ਆਈ 1 ਸਾਲ ਇਹ ਪਰਿਵਾਰ ਜਿਹੜਾ ਆ ਮੁੰਡਾ ਆਪਣੇ ਮਹਾਰਾਸ਼ਟਰ ਮਜ਼ਦੂਰੀ ਕਰਨ ਜਾਂਦਾ ਹੈਗਾ ਉੱਥੋਂ ਸਾਰੀ ਆਪਣੀ ਨੌਕਰੀ ਛੱਡ ਕੇ ਇਹਦਾ ਸਾਰਾ ਸਾਲ ਇੱਥੇ ਹੀ ਲੰਘਿਆ ਘੁੰਮਦੇ ਦਾ ਅਤੇ ਐਂਡ 'ਚ ਪੀ ਜੀ ਆਈ ਪਹੁੰਚੇ ਪਹਿਲਾਂ ਪੀ ਜੀ ਆਈ ਵਾਲਿਆਂ ਦੇ ਵੀ ਕੋਈ ਬਹੁਤੀ ਗੱਲ ਪੱਲੇ ਨਹੀਂ ਪਈ ਚਲੋ ਉਹਨਾਂ ਕੋਲ ਸਾਧਨ ਬਹੁਤ ਹੈਗੇ ਉਹਨਾਂ ਨੇ ਟੈਸਟ ਵਗੈਰਾ ਕਰਕੇ ਉਹਨਾਂ ਨੇ ਫਿਰ ਆਪਰੇਟ ਕੀਤਾ ਇਹਨਾਂ ਦਾ ਜਿਹੜਾ ਪਹਿਲਾ ਆਪਰੇਸ਼ਨ ਸੀਗਾ ਉਹ ਤੋਂ ਵੀ 3-4 ਇੰਚ ਇਹਨਾਂ ਦਾ ਵੱਡਾ ਆਪਰੇਸ਼ਨ ਕਰਨਾ ਪਿਆ ਉਹਨਾਂ ਨੂੰ ਅਤੇ ਜਿਹੜੀਆਂ ਪੱਟੀਆਂ ਹੈਗੀਆਂ ਇਹਨਾਂ ਨੇ ਗੁੱਛੇ ਮੇਰੇ ਕੋਲ ਫੋਟੋਗ੍ਰਾਫ ਉਹਨਾਂ ਦੀਆਂ ਰਿਪੋਰਟਾਂ ਸਾਰਾ ਕੁਝ ਹੈਗਾ ਉਹ ਉਹਨਾਂ ਨੇ ਕੱਢੇ ਆ ਜੀ ਹੁਣ ਤੁਸੀਂ ਹਿਸਾਬ ਲਾ ਲਓ ਕਿੱਡੀ ਵੱਡੀ ਅਣਗਹਿਲੀ ਹੈਗੀ ਠੀਕ ਹੈ ਜੀ 1 ਸਾਲ ਜਿਹੜਾ ਉਹ ਸਾਰਾ ਮਟੀਰੀਅਲ ਸੀਗਾ ਇਹਨਾਂ ਦੇ ਅੰਦਰ ਪਿਆ ਰਿਹਾ ਕਿੰਨੇ ਮੈਂਟਲੀ ਪਰਿਵਾਰ ਹਰਾਸ ਰਿਹਾ ਹੋਊਗਾ ਅਤੇ ਖਰਚ ਖਵਾ ਇਹਨਾਂ ਦਾ ਵੱਖਰਾ ਪਹਿਲਾਂ ਹੀ ਰੋਟੀ ਹੈਂਡ ਟੂ ਮਾਊਥ ਵਾਲਾ ਕੰਮ ਹੈਗਾ ਇਹਨਾਂ ਦਾ ਠੀਕ ਹੈ ਜੀ ਹੁਣ ਸਾਡੀ ਬੇਨਤੀ ਤਾਂ ਇਹ ਹੈ ਤੁਹਾਡੇ ਥਰੂ ਵੀ ਅਸੀਂ ਵੀ ਪ੍ਰਸ਼ਾਸਨ ਕੋਲ ਜਾਵਾਂਗੇ ਇਹ ਜਿਹੜਾ ਪਰਿਵਾਰ ਹੈ ਇਹਨਾਂ ਨੂੰ ਇਨਸਾਫ ਮਿਲੇ
ਤੇ ਜਿਹੜੇ ਵੀ ਦੋਸ਼ੀ ਹੈ ਡਾਕਟਰ ਰੂਬੀ ਹੈ ਜਾਂ ਜਿਹਦਾ ਵੀ ਇਸ ਆਪਰੇਸ਼ਨ ਵਿੱਚ ਰੋਲ ਸੀਗਾ ਉਹਨਾਂ ਨੂੰ ਅਸੀਂ ਸਜ਼ਾ ਦਵਾਵਾਂਗੇ ਇਹੀ ਬੇਨਤੀ ਹੈ। जब एसएमओ डॉक्टर रविंदर सिंह ठाकुर बलाचौर ने बताया कि हमारे अस्पताल बलाचौर में हर महीने करीब 70 से 80 तक डिलीवरियां की जा रही हैं। उस समय के दौरान ये टीम इस अस्पताल में काम करती थी मगर उन्हें कोई भी पीड़ित की तरफ से शिकायत प्राप्त नहीं हुई है। ये जड़ा मामला तुसी दस्या है क्योंकि पहली गल तो है कि इहदे बारे हाले मेरे पास कोई भी लिखती रूप दे विच जां किसी भी शक्ल दे विच कोई भी शिकायत हाले नहीं आई। ਜਿਹੜਾ ਤੁਹਾਡੇ ਵੱਲੋਂ ਦੱਸਿਆ ਗਿਆ ਕਿ ਪਿਛਲੇ ਸਾਲ ਮਾਰਚ 19 ਦਾ ਇਹ ਵਾਕਿਆ ਹੈ ਅਤੇ ਜਿਹੜਾ ਸਾਡਾ ਸੇਰੀਅਨ ਹੁੰਦਾ ਇੱਕ ਟੀਮ ਵਰਕ ਹੁੰਦਾ ਇਹਦੇ ਵਿੱਚ ਡਾਕਟਰ ਮੇਨ ਹੁੰਦਾ ਜਿਸ ਤਰ੍ਹਾਂ ਡਾਕਟਰ ਰੂਬੀ ਸੀਗੇ ਉਹਦੇ ਬਾਅਦ ਅਸਿਸਟੈਂਟ ਹੁੰਦੇ ਹੈ ਡਾਕਟਰ ਦੁਬਾਲੀ ਹੋਣਗੇ ਮੇਰੇ ਖਿਆਲ ਸ਼ਾਇਦ ਅਤੇ ਬਾਕੀ ਸਟਾਫ ਨਰਸ ਹੁੰਦੀ ਅਤੇ ਹੋਰ ਜਿਹੜਾ ਸਟਾਫ ਟੋਟਲ ਟੀਮ ਜਿਹੜੀ ਹੁੰਦੀ ਹੈ ਉਹ ਇਹ ਕੰਮ ਕਰਦੀ ਅਤੇ ਅਕਸਰ इस तरह हुंदा तो नहीं है क्योंकि टीम की जिम्मेवारी है सारी दी इस तरह की कोई कंप्लीकेशन जां इदां दी दिक्कत ना आवे इदां दी अणकहली जां कुछ ना होवे। अनफॉर्चुनेटली अगर इस तरह कुछ होया भी है जिस तरह तुसीं दसदे हो तो उहदे बारे च मैं तहकीकत करांगा पूरी तरह नाल देख के भी इह की होया किस तरह होया उह क्यों होया चाहे कोई अणगहली थी या कोई होर है क्योंकि मैं काफ़ी लंबे समय तो जदों का मैं इतने आया इतने हर महीने तकरीबन 70-80 डिलीवरियां भी होंदियां उहदे चों 15-20 के करीब सर्जरियां भी होंदे है। इसी टीम ने काम किया है तो अज तक कोई भी मेरे सामने अणगहली नहीं आई कि जिस तरह कोई पेशेंट का कुछ नुकसान हो गया या इस तरह कुछ होया हो। बलाचौर से तेज प्रकाश खासा की रिपोर्ट।